समाचार च नहीं आऊंगा, टीवी च नहीं आऊंगा, रेडियो च नहीं आऊंगा, जिन्ना भाई कहता तू आए कर मैं घरे काम कार करूंगा तो मेरा समान तू ही ले जा। ओ छोटा भाई कहता बड़ा भाई पहले ही तैयार होगा मुच्छा खड़िया कहता भाई मैं ही जाऊंगा। सोरे ने घरे पहुंचता सोरे ने अद्धे के उतरता आहो नहीं अद्धे ते पहुंचता अद्धे के उतर साल सौंफ लिए नहीं लेता बोतल अभी पी लेता अभी दे लेंगा टप तो सोरे दे घर पहुंचता जाके दरवाजा खटकाउंदा दरवाजा खटकाउंदा ते लाई सब मुंह निकल गया। ओ सोचिए मुंडे ना कुड़ी नहीं तोर लाई मुंडा आवे ता निशंक ले जावे किसी दे नाल नहीं होतो पर ओदरो छोटा भाई इंतजार करदा है फट्ठा मोटर ते ਮੁੰਡਾ ਭਾਈ ਨੇ ਬਸ ਤੇ ਚੜਾ ਲਈ ਦੂਜਾ ਪੈਗ ਲਾਉਂਦਾ ਮੁੰਡਾ ਭਾਈ ਬਠਿੰਡੇ ਪਹੁੰਚ ਗਿਆ ਹੋ ਤੀਜਾ ਪੈਗ ਲਾਉਂਦਾ ਹੁਣ ਤਾਂ ਪੁੱਛੋ ਵੱਡੀ ਆ ਗਿਆ ਉਹ ਚੌਥਾ ਪੈਗ ਲਾਉਂਦਾ ਜਦੋਂ ਗੰਗਾ ਦੇ ਅੱਡੇ ਤੇ ਹੁੰਦਾ ਉਹ ਦੇਖਦਾ ਭਾਈ ਕੁੱਲਾ ਹੀ ਕਰਾਉਂਦਾ ਕੰਡੇ ਉਹਨੂੰ ਪੁੱਛਦਾ ਭਾਈ ਕੀ ਗੱਲ ਤੂੰ ਤਾਂ ਇਕੱਲਾ ਹੀ ਕਰਾਉਣਾ ਕੋਲ ਤਾਂ ਝੋਲਾ ਵੀ ਹੈ ਨਹੀਂ ਕਹਿੰਦਾ ਝੋਲਾ ਕਿੱਥੋਂ ਝੋਲੇ ਵਾਲੀ ਨਹੀਂ ਆਈ ਮੈਂ ਕਿੱਥੇ ਜਾਂਦਾ ਉਹ ਕਹਿੰਦਾ ਚੰਗਾ ਫਿਰ ਕਰਕੇ ਮੈਂ ਹੀ ਜਾਊਂਗਾ ਕਰਕੇ ਉਸਦਾ 11:30 ਵਜੇ ਉੱਥੇ ਸੌਰੀ ਪਹੁੰਚ ਜਾਂਦਾ ਤੁਹਾਨੂੰ ਪਤਾ ਜਦੋਂ ਵਾਜੀਆਂ ਦਾ ਜੋਰ ਹੁੰਦਾ ਜਾਂ ਤਾਂ ਇਕੱਲੇ ਜਵਾਕ ਹੀ ਹੁੰਦੇ ਘਰੇ ਜਾਂ ਫਿਰ ਜਵਾਕ ਹੀ ਹੁੰਦੇ ਨਹੀਂ ਜਾਂ ਕੇ ਪਹੁੰਚ ਜਾਂਦਾ ਬੈਂਕ ਵਿੱਚ ਬਹਿੰਦਾ ਨਾਲੇ ਪਾਣੀ ਤਾਂ ਹੀ ਪੀਂਦਾ ਨਾਲੇ ਆਪਣਾ ਉਸਲੇ ਦੇ Thank you.
ਕੋਠੀ ਬਹੁਤ ਵਧੀਆ ਬਣਨੀ ਚਾਹੀਦੀ ਹੈ, ਇੱਕ ਕੋਠੀ ਦੇ ਵਿੱਚ ਮਰੂਦੀ ਕਾਰ ਵੀ ਹੋਣੀ ਚਾਹੀਦੀ ਹੈ।
ਇੱਕ ਕਹਿੰਦਾ ਸਾਡਾ ਜਾਇਦਾਦ ਗੁਜ਼ਾਰਾ ਬਹੁਤ ਤਕੜਾ, ਬੜੀ ਸੌਖੀ ਰੋਟੀ ਖਾਂਦੇ ਆ, ਸਾਡੇ ਘਰ ਟਰੈਕਟਰ ਵੀ ਹੋਣਾ ਚਾਹੀਦਾ। ਇੱਕ ਕਹਿੰਦੇ ਘੋੜੀ ਹੋਣੀ ਚਾਹੀਦੀ ਆ, ਉਹ ਕਹਿੰਦੇ ਘੋੜੀ ਕਾਹਦੇ ਵਾਸਤੇ ਚੱਲੀ, ਉਹ ਕਹਿੰਦੇ ਵੀ ਘੋੜੀ ਸਾਡਾ ਖੇਤ ਬਹੁਤ ਦੂਰ ਹੈ, ਸਾਡੇ ਬਜ਼ੁਰਗ ਘੋੜੀ ਤੇ ਚੜ੍ਹ ਕੇ ਖੇਤ ਗੇੜਾ ਮਾਰ ਕੇ ਆਇਆ ਕਰਦੇ, ਘੋੜੀ ਸਾਨੂੰ ਇਸ ਕਰਕੇ ਚਾਹੀਦੀ। ਕਹਿੰਦਾ ਮੈਂ ਤਾਂ ਮਾਸਟਰ ਜੀ ਰੱਬ ਤੋਂ ਸਿਰਫ ਆਹੀ ਚੀਜ਼ਾਂ ਮੰਗੀਆਂ ਸੀ। ਮਾਸਟਰ ਉਹਨੂੰ ਕਹਿੰਦਾ ਸਿਰਫ ਇਹੋ ਚੀਜ਼ਾਂ ਮੰਗਣੀਆਂ ਸੀ? ਉਹ ਕਹਿੰਦਾ ਮਾਸਟਰ ਜੀ ਗੱਲ ਇਹ ਹੈ ਵੀ ਜਿੰਨੀਆਂ ਐਸ਼ੋ ਐਸ਼ ਵਾਲੀਆਂ ਚੀਜ਼ਾਂ ਮੈਂ ਸਾਰੀਆਂ ਮੰਗ ਲਈਆਂ ਤੇ ਰਹਿ ਕਿਹੜੀ ਗਈ, ਲੈ ਆਹ ਜਿਹੜੀ ਮੈਂ ਹੁਣ ਗੱਲ ਕਰੀ ਤੁਸੀਂ ਇਹ ਸਮਝਦੇ? ਉਹ ਮਾਸਟਰ ਕਹਿੰਦਾ ਕਾਕਾ ਰਹਿ ਗਈ ਹੈ। ਉਹ ਕਹਿੰਦਾ ਮਾਸਟਰ ਜੀ ਤੁਸੀਂ ਦੱਸ ਦਿਓ ਜਿਹੜੀ ਤੁਹਾਡੇ ਕੋਲ ਹੈਗੀ ਜੀ। ਉਹ ਕਹਿੰਦਾ ਲੈ ਕਾਕਾ ਸੋਲਾ ਕਰ, ਜੇ ਕਿਤੇ ਮੈਨੂੰ ਰੱਬ ਮਿਲ ਜੇ ਨਾ, ਮੈਂ ਤਾਂ ਰੱਬ ਅੱਗੇ ਇਹੀ ਬੇਨਤੀ ਕਰਦੀ ਹੈ ਵੀ ਸੱਚੇ ਪਾਤਸ਼ਾਹ ਮੈਨੂੰ ਥੋੜ੍ਹੀ ਜਿਹੀ ਅਕਲ ਦਿਓ। ਉਹ ਕਹਿੰਦਾ ਮਾਸਟਰ ਜੀ ਜਿਹੜੀ ਚੀਜ਼ ਕਿਸੇ ਕੋਲ ਹੁੰਦੀ ਨਹੀਂ ਫਿਰ ਉਹ ਵੀ ਮੰਗਣੀ ਆ। ਮਿਹਰਬਾਨੀ।